वालेकुम अस्सलाम जी। हम बिस्मिल्लाह करिए सदके जाइए बाबूजी दे जाई जाओ हां दसके जाओ अम्मी दी आंखा बनवाओ ओए ओ वेख ते सही बबरा ते वेख भैड़े आए 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 साहब जी की हाल है। ओए मैं कहना वाल हो गया तेनु वेख के रू राजी हो गया सच्ची साहब जी अमाम ना ठंड पे गई कलेजे जे हां अच्छा हां लगदा अज बेगम साहिबा घर नहीं हैगे बेगम साहिबा कदों मेरा ते ब्याह ही नहीं होया केड़े ससुर पुरे ਹੋਏ ਮੈਂ ਵਰ ਗਿਆ ਮੈਂ ਭਰਾਵਾਂ ਨੂੰ ਪਾਲਣ ਦੇ ਚੱਕਰ ਦੀ ਕੁਵਾਰਾ ਰਹਿ ਗਿਆ ਕਸਮੇ ਹੋਏ ਅੱਲਾ ਸਾਹਿਬ ਜੀ ਤੁਸੀਂ ਤੇਡੇ ਸੋਹਣੇ ਆ ਅੱਛਾ ਸਾਹਿਬ ਜੀ ਮੈਂ ਨਾ ਦੇਸੀ ਘਿਓ ਵੇਚਣੀ ਆ ਅੱਛਾ ਹਾਂਜੀ ਮੱਖਣਾ ਨਾ ਆਏ ਮੇਰਾ ਇਹ ਜਿਹੜਾ ਘਿਓ ਹੈ ਘਰ ਦੇ ਦੁੱਧ ਦਾ ਹਾਂਜੀ ਪੂਰੀਆਂ ਮੱਝਾਂ ਦਾ ਹੈ ਤੇ ਤੁਸੀਂ ਵੀ ਬੂਰੇ ਹੋ ਗੋਲੀਆਂ ਮੱਝਾਂ ਦਾ ਕਿਹਾ ਪੂਰੀਆਂ ਮੱਝਾਂ ਦਾ ਹਾਂ ਅੱਛਾ शादी करना चाहते ने हाजी बाजी पर मेरे नाल क्यों मधानी फेरन गे तू चाटी अगे कर दई ते ओदे चो घ्यो निकलदा रहेगा ਗੱਲ ਸਿੱਧੀ ਹੈ ਮਧਾਣੀ ਜਿਹੜਾ ਮਰਜ਼ੀ ਫੇੜੇ ਹਾਂ ਫੁੱਲ ਮੇਰਾ ਆਏਗਾ ਅੱਗੇ ਜਿਹੜਾ ਮਧਾਣੀ ਦੇ ਅੱਗੇ ਉਹ ਤੇਰੇ ਕੋਲ ਫੁੱਲ ਹੁੰਦਾ ਤੇਰੀ ਜਨਾਨੀ ਨਾਲਦਿਆਂ ਕੋਲੋਂ ਘਿਓ ਕਢਾਉਂਦੀ ਫੁੱਲ ਹੈ ਹੀ ਨਹੀਂ ਤੇਰੇ ਕੋਲ ਐ ਰੱਖੋ ਥੱਲੇ ਬੀਬੀ ਜੀ ਹਾਂ ਵਾ ਵਾ ਵੇਖੋ ਤੁਸੀਂ ਘਿਓ ਤੇ ਵੇਖੋ ਭਾਈ ਨੂੰ ਬੜਾ ਗਾੜਾ ਘਿਓ ਓਏ ਹੋਏ ਹੋਏ ਵੈਸੇ ਸਾਹਿਬ ਜੀ ਇਹਦੀ ਬਾਸ਼ਨਾ ਵੀ ਬਹੁਤ ਅੱਛੀ ਹੈ ਸਿਆਣੇ ਵਾਲੀਆਂ ਗੱਲਾਂ ਹਾਂ ਭੈਣ ਦੀ ਬਾਸ਼ਨਾ ਬੜੀ ਅੱਛੀ ਹੈ ਉਹ ਤੇਰੀ ਆਪਣੀ ਬਾਸ਼ਨਾ ਬਹੁਤ ਭੈੜੀ ਹੈ ਕੋਈ ਗੱਲ ਨਹੀਂ ਭੈਣ ਫਿਰ ਬਾਸ਼ਨਾ ਨੂੰ ਬਾਸ਼ਨਾ ਦੇ ਰਾਹ ਹੁੰਦੇ ਨੇ ਸਾਹਿਬ ਜੀ ਬਾਬਾ ਤੁਸੀਂ ਵੀ ਦੇਖੋ ਤੁਸੀਂ ਬੋ ਕਿਸ ਤਰ੍ਹਾਂ ਦੇਣੀ ਹੈ ਇੱਥੇ ਇੱਧਰ 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 ਆ ਸਾਹਿਬ ਜੀ ਨਹੀਂ ਉਹ ਕਹਿੰਦਾ ਮਤਲਬ ਖਲੋ ਕੇ ਕਿ ਬਹਿ ਕੇ ਖਲੋ ਕੇ ਕਿਉਂ ਵੇਚਾ ਤੇ ਬਹਿ ਕੇ ਵੇਚਾ ਕਿ ਕਿਸ ਤਰ੍ਹਾਂ ਦੇਣੀ ਕਿਸ ਤਰ੍ਹਾਂ ਐ 1000 ਰੁਪਏ ਦਾ ਕਿਲੋ 1000 ਰੁਪਏ ਹੋ ਗਿਆ ਹਾਂ ਓਏ ਸਾਡੇ ਮੱਲੇ ਤੇ ਹਾਲੇ ਵੀ 700 ਹੀ ਚੱਲਣ ਦੇ ਐ हाथ नू क्यों नहीं लग रहा खालस है ना खालस है ना खालस नहीं हाथ नू लगदा नहीं चीकना पड़ा है वैसे साहब जी इधर देखो ये हां बड़ा गोल की हो जे देखो ते आ भाई तू देख सकना तू भी तियां भैणा वाला नहीं सही कह रहे है भैणे देख ते सही थल्लेओ बहुता गोल नजर आना है तेनु हां देखो ते सही होए ओ वेखो आ चाटी ताडी हां जी ते बिल्कुल ही हाथ ओए ਕਿਉਂ ਲਾਕੀ ਨਹੀਂ ਰਿਹਾ ਉਹ ਨਹੀਂ ਹੱਥ ਮਾਰੀਦਾ ਕਿਸੇ ਦੀ ਚਾਟੀ 'ਚ ਸਾਹਿਬ ਜੀ ਤਾਂ ਤੇ ਕਹਿੰਨੀ ਖਾਲਸ ਹੈ ਤੁਹਾਡੀ ਫੁੱਫੀ ਵਾਲਾ ਸਾਹਿਬ ਜੀ ਅੱਗੋ ਚੋਪੇ ਉਹ ਫੁੱਫੀ ਦਾ ਸਾਹਿਬ ਪਾਉਂਦੇ ਤੈਨੂੰ ਯਾਦ ਨਹੀਂ ਸਾਡੀ ਤਾਂ ਫੁੱਫੀ ਕੋਈ ਨਹੀਂ ਉਹ ਸਾਡੀ ਫੁੱਫੀ ਕੋਈ ਨਹੀਂ ਸਾਡਾ ਤਾਂ ਪਿਓ ਵੀ ਕੋਈ ਨਹੀਂ ਓਏ ਹਾਏ ਵੇ ਕੀ ਗੱਲ ਹੈ ਬੱਬਾ ਸਾਡਾ ਉਹ ਹੁੰਦੀ ਹੋਰ ਅੱਬਾ ਹੈ ਸੀ ਅੱਛਾ ਆਹੋ ਫਿਰ ਅੱਬਾ ਵੀ ਹੈ ਸਾਡਾ ਚੱਲੋ ਮੈਂ ਸਮਝਦਾ ਇਹ ਲਾਲ ਦੇ ਆ ਸਮਝ ਤਾਂ ਗਈ ਹੋਵੇਗੀ ਕੀ ਬਕਵਾਸ ਕਰ ਰਿਹਾ ਤੂੰ ਬਾਰ ਬਾਰ ਨਹੀਂ ਕਿਸੇ ਦੀ ਚਾਟੀ 'ਚ ਹੱਥ ਪਾਈਦਾ ਭਾਈ ਮੈਂ ਕਿਉਂ ਚੈੱਕ ਕਰ ਰਿਹਾ ਇਹ ਕੁਛ ਘੱਟ ਕਰ ਲਓ ਮੈਡਮ ਹਾਂ ਘੱਟ ਕਰ ਲਓ ਕਿਉਂ 900 ਦਾ ਦੇ ਦਿਓ ਚਲੋ ਇੰਜ ਕਰੋ 50 ਰੁਪਏ ਘੱਟ ਕਰ ਲਓ ਦੇਖੋ ਜੀ ਨਹੀਂ 100 ਰੁਪਏ ਘੱਟ ਕਰੋ ਤੇ ਸਾਰਾ ਜੋਖ ਦਿਓ ਜੋਖ ਦਿਓ ਹਾਂ ਠੀਕ ਕਹਿ ਰਿਹਾ ਯਾਨੀ ਕਿ 900 ਰੁਪਏ ਦਾ ਕਿਲੋ ਹਾਂਜੀ ਚਲੋ 900 ਦੇ ਦੇਾਂਗੇ ਹਾਂ ਤੁਸੀਂ 900 ਦੇ ਦਿਓ ਬੰਦੇ ਦੋ ਆ ਭਾਈ ਨੇ ਪਹਿਲੀ ਵਾਰੀ ਮੇਰੀ ਜੇ ਉਹ 2 ਕਿਲੋ ਲੈਣਾ ਹੈ ਅੱਛਾ 2 ਕਿਲੋ ਮੈਡਮ ਬੰਦੇ ਦੋ ਹੀ ਨੇ ਆ ਆ ਨਾਲ ਗਰੇਬੀ ਹੈ ਤੂੰ ਗਰੇਬੀ ਹੈ ਆ ਗਰੇਬੀ ਉਹ ਹੁੰਦੀ ਹੈ ਜਿਹੜੀ ਬਾਅਦ ਚੋਂ ਟਾਕੀ ਨਾਲ ਪੂੰਜੀ ਜਾਂਦੀ ਸਾਹਿਬ ਜੀ ਅੱਛਾ ਜੀ ਮੈਨੂੰ ਦੱਸੋ ਗੱਲ ਦੱਸੋ ਇਹ ਕਿਹੋ ਜਿਹੜਾ ਮੱਝ ਹੈ ਕਿ ਗੋਕਾ ਹੈ ਮੱਝ
ਦੇਖੋ ਮਾਝੇ ਹੀ ਨਹੀਂ ਮਾਝੇ ਦੀ ਤੇ ਵਿੱਚ ਖੁਸ਼ਬੂ ਹੀ ਨਹੀਂ ਆਣ ਡਈ ਬੇਵਾ ਕੋਹਾ ਇੱਕ ਦੇਸੀ ਘਿਓ ਹੁੰਦਾ ਮੱਝ ਦਾ ਹਾਂ ਇੱਕ ਹੁੰਦਾ ਗਾਂ ਗੋਕਾ 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 ਤੇ ਮੱਝ ਅੱਲਾ ਪਾਕ ਦਾ ਸ਼ੁਕਰ ਇੰਨੀ ਲੇਟ ਆਇਆ ਖੈਰ ਸੀ ਬਸ ਜਿੱਥੇ ਮਰਜ਼ੀ ਪਾਈ ਉਹ ਇੱਕੋ ਜਿਹੀ ਨਹੀਂ ਗਨਾਹ ਹੋਣਾ ਟੈਨਸ਼ਨ ਨਹੀਂ ਲੈਣੀ ਘਬਰਾਉਣਾ ਨਹੀਂ ਉਹ ਪਹਿਲਵਾਨ ਠੀਕ ਤੇ ਡਰਾਮਾ ਵੇਖੋ ਇਹਦੇ ਵੱਲ ਵੇਖੀ ਜਾਣ ਪਿਛਲੀ ਵਾਰੀ ਦਾ 20,000 ਰੁਪਇਆ ਤੁਹਾਡੇ ਵੱਲ ਉੱਥੇ ਕਹਿੰਦਾ ਹੈ ਨੀ ਜੱਟ ਐਵੇਂ ਕਹਿ ਜਾਂਦਾ ਨਹੀਂ ਆਪਣਾ ਅੱਛਾ ਹੁਣ ਅੱਡ ਅੱਜ ਫੈਸਲਾ ਤੁਹਾਡੇ ਦੋਵਾਂ ਦੇ ਹੱਥ 'ਚ ਕੀ ਟੋਲਣੀ ਹੈ ਤਲਾਕ ਲੈਣੀ ਹੈ ਓਏ ਤੂੰ ਭਾਈ ਤਲਾਕ ਹੀ ਦੇ ਲੈ ਉਹ ਵਿਆਹ ਲੈਗਾ ਭੈਣ ਕਿਤੇ ਓਏ ਉਹ ਮੈਂ ਆਪਣਾ ਟਾਂਕਾ ਫਿੱਟ ਕਰਨ ਅੱਛਾ ਜੀ ਕਿੰਨੀਆਂ ਕੁ ਮੱਝਾਂ ਤੁਹਾਡੀਆਂ ਮੈਂ ਕਹੇ ਜੀ ਹੈ ਸਾਡੀਆਂ 5 ਮੱਝਾਂ ਤੇ ਸੰਡਾ ਹੈ ਸੰਡਾ ਵੀ ਰੱਖਿਆ ਜੀ ਨਹੀਂ ਤੇ ਨਾਲ ਦੇ ਪਿੰਡੋਂ ਮੱਝਾਂ ਠੀਕ ਕਰਾ ਕੇ ਲਿਆਂਦੇ ਉਹ ਬੇਵਕੂਫੇ ਸੰਡਾ ਤੇ ਲਾਜ਼ਮੀ ਹੋਣਾ ਚਾਹੀਦਾ ਹੈ पागल दे पुत्रा मैनू लगा कि जिवें भाएं तुसी कोई शै कढ के मैनू लाउण डए भरावां तेरा वड्डा ओह छड्ड के हुण कोई रिश्ते दी गल कर यार भाएं हैगे ने ते इहनां नाल कर लो विआह ਸਾਹਿਬ ਜੀ ਮੇਰੇ ਮਾਂ ਪਿਓ ਤਾਂ ਨਿੱਕੇ ਨਿੱਕੇ ਭੈਣ ਭਰਾਵਾਂ ਨੂੰ ਕੌਣ ਪਾਲੇਗਾ ਅੱਲਾ ਪਾਲਣ ਵਾਲਾ ਰੋਟੀ ਦਾ ਵਾਅਦਾ ਅੱਲਾ ਵੈ ਹਾਂ ਤੇ ਸਾਲਣ ਭਾਂਦੇ ਹੀ ਜਾਣਗੇ ਆ ਭਾਵੇਂ ਆਲੂ ਪਾਲ ਦਾ ਲੱਗ ਦੇਣ ਜਿਹੜਾ ਮਰਜ਼ੀ ਲਾ ਭਾਈ ਜਾਨ ਪਹਿਲੇ ਸਾਡਾ ਦਾ ਵਿਆਹ ਕਰਾਓ ਆਵੇ ਭਾਈ ਉਹ ਓਏ ਆ ਗਿਆ ਭਈ ਆ ਆ ਚਲਾ ਓ ਯਾਰ ਕੈਸਰ ਕਿੱਥੇ ਯਾਰ ਤੂੰ ਬਸ 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 ਤੁਹਾਡਾ ਸਣੀ ਭਰਾ ਜਿਹੜਾ ਹਾਂ ਅਰੇ ਅਰੇ ਮੇਰੇ ਛੋਟੇ ਭਾਈ ਯਾਰ ਸਾਡੇ छोटिया का सोच देने जंगल च नहीं जे जाना कुछ कमा के जाओ ऐ कौनी घ्यो वे चढ़ाई तो तेन तो लगना ही नहीं मैं असल ना घ्यो नहीं तेल लाना तेल लाते हो तो फिर इंज दे ਬੜੀ ਸੋਹਣੀ ਗੱਲ ਯਾਦ ਆਈ ਕੀ